ਸਟਰਾਅ ਫਿਰਕੀ ਸਮੱਗਰੀ ਦੋ ਮੁੜਨ ਵਾਲੀਆਂ ਸਟਰਾਅ, ਇੱਕ ਪਤਲੀ ਅਤੇ ਇੱਕ ਮੋਟੀ, ਸੈਲੋਟੇਪ, ਕੈਂਚੀ। ਮੋਟੀ ਸਟਰਾਅ ਦੇ ਲੰਬੇ ਪਾਸੇ ਨੂੰ ਕਿਨਾਰੇ ਤੋਂ ਫੜ ਕੇ ਦਬਾਓ ਅਤੇ ਟੇਪ ਨਾਲ ਸੀਲ ਕਰ ਦਿਓ। ਫਾਲਤੂ ਦੀ ਟੇਪ ਕੈਂਚੀ ਨਾਲ ਕੱਟ ਦਿਓ। ਇੱਕ ਕੋਨਾ ਥੋੜ੍ਹਾ ਜਿਹਾ ਕੱਟ ਕੇ ਛੋਟਾ ਛੇਕ ਕਰੋ। ਪਤਲੀ ਸਟਰਾਅ ਦੇ ਛੋਟੇ ਪਾਸੇ ਉੱਪਰ ਵੱਡੀ ਸਟਰਾਅ ਦਾ ਛੋਟਾ ਪਾਸਾ ਚੜ੍ਹਾ ਦਿਓ ਤਾਂ ਜੋ ਮੋਟੀ ਸਟਰਾਅ ਪਤਲੀ ਸਟਰਾਅ ਉੱਪਰ ਆਸਾਨੀ ਨਾਲ ਘੁੰਮ ਸਕੇ। ਜੇ ਤੁਸੀਂ ਪਤਲੀ ਸਟਰਾਅ ਵਿੱਚ ਫੂਕ ਮਾਰੋਗੇ ਤਾਂ ਮੋਟੀ ਸਟਰਾਅ ਆਪਣੇ ਆਪ ਕਾਫ਼ੀ ਦੇਰ ਤੱਕ ਘੁੰਮਦੀ ਰਹਿੰਦੀ ਹੈ।